SYL दे मुद्दे ते दोनों राज्यां दी पंजाब ते हरियाणा दी मुख्यमंत्री पद्धर दी मीटिंग सी जिदे विच अज डिस्कशन काफी लंबी हुई। मैं अपने सारे ऑफिसर साहबान जिन्हां दे विच प्रिंसिपल सैकटरी इरीगेशन कृष्ण कुमार जी, पंजाब दे एडवोकेट जनरल विनोद कई जी, वेनू प्रसाद जी, होर भी स्पैशलिस्ट जिहड़े साडी टीम दा हिस्सा सी। मैं बहुत होमवर्क कीता पिछले कई दिनों तो, नॉट ओनली ऑफिसर साहबान नाल बल्कि कुछ सीनियर, बहुत ही सीनियर पत्रकार साहबान जिन्हों पानियों बारे बहुत नॉलेज है, वो एडिटोरियल लिखते रहे ने, किताबा लिखिया ने उन्होंने, होर भी वक् वक् वर्गों के सीनियर लोग जिन्होंने पंजाब नू बनते देखा, पंजाब ते हरियाणा की वंड देखी। अज मैं बहुत स्ट्रोंगली, बहुत ही तत्थां ते आधारित पक्ष जिहड़ा पंजाब दा रख्या, इस तो पहला दुख नाल कहना पै रहा इस तरह का पक्ष नहीं रख्या गया। तो जिहड़ा हुण इस वक्त जो अज गल हुई है, आम तौर पर जिहड़े समझौते ने, जिन्हें भी समझौते ने पानियां दे, उहदे विच इक क्लॉज हुंदा है कि 25 साल बाद असी रिव्यू करांगे, क्लाइमेट चेंज हो गया, पहाड़ खिसक गए इधर उधर, पानी घट वध जांदा है। ਇਹ 1981 ਵੇਲੇ ਦਾ ਜਿਹੜਾ SYL ਵਾਲਾ, ਇਹ 'ਚ ਕੋਈ 25 ਸਾਲ ਵਾਲਾ ਨਹੀਂ ਪਾਇਆ ਹੋਇਆ। ਇਸ ਵਕਤ ਇੱਕ ਬਹੁਤ ਹੋਰ ਦੁਖਦਾਇਕ ਗੱਲ ਹੈ, ਜਦੋਂ ਯੂਨਾਈਟਿਡ ਪੰਜਾਬ ਸੀ, ਪੰਜਾਬ ਤੇ ਹਰਿਆਣਾ ਸਾਂਝੇ ਸੀ, ਤਾਂ ਯਮੁਨਾ ਜਿਹੜਾ ਸੀ, ਯਮੁਨਾ ਦਾ ਪਾਣੀ ਉਹ 'ਚ ਪੰਜਾਬ ਦਾ ਹਿੱਸਾ ਸੀ। ਅਤੇ ਜਦੋਂ 1966 ਦੇ ਵਿੱਚ ਪੰਜਾਬ ਬਣ ਗਿਆ, ਹਰਿਆਣੇ ਦਾ ਜਮਨਾ ਦਾ ਹਿੱਸਾ ਰਹਿ ਗਿਆ ਸਾਡਾ ਜ਼ੀਰੋ। ਫਿਰ ਜੇ ਯਮੁਨਾ 'ਚ ਸਾਡਾ ਹਿੱਸਾ ਨਹੀਂ, ਤਾਂ ਸਤਲੁਜ ਅਤੇ ਬਿਆਸ ਦੇ ਵਿੱਚ ਕਿੱਥੋਂ ਪਾਣੀ ਦੇ ਦਈਏ ਅਸੀਂ ਪਾਣੀ, ਜਦੋਂ ਪਾਣੀ ਨਹੀਂ ਹੈਗਾ ਸਾਡੇ ਕੋਲ। ਇਸ ਵਕਤ ਮੈਂ ਤਾਂ ਉਹਨਾਂ ਨੂੰ ਇਹੀ ਕਿਹਾ, ਦੇਖੋ ਰਾਵੀ ਬਿਆਸ 1981 ਅਨੁਸਾਰ 4.22 MAF ਮਿਲੀਅਨ ਏਕੜ ਦੇ ਨਾਲ ਗਿਣਿਆ ਜਾਂਦਾ, ਮਿਲੀਅਨ ਏਕੜ ਫੀਟ। 4.22 ਪੰਜਾਬ ਕੋਲ ਆ, 3.5 ਹਰਿਆਣੇ ਕੋਲ, ਸਤਲੁਜ ਦਾ ਪਾਣੀ 8.02 ਪੰਜਾਬ ਕੋਲ, 4.33 ਹਰਿਆਣੇ ਕੋਲ, ਯਮੁਨਾ 0 ਪੰਜਾਬ ਕੋਲ, 4.65 ਹਰਿਆਣੇ ਕੋਲ, ਸ਼ਾਰਦਾ ਯਮੁਨਾ ਲਿੰਕ 0 ਪੰਜਾਬ ਕੋਲ, 1.62 ਹਰਿਆਣਾ। ਸਾਡੇ ਕੋਲ ਬਣਦਾ ਟੋਟਲ 12.24 ਮਿਲੀਅਨ ਏਕੜ ਫੀਟ ਪਾਣੀ। ਅਤੇ ਹਰਿਆਣਾ, ਹਾਲਾਂਕਿ ਰਕਬਾ ਵੀ ਘੱਟ ਆ ਸਾਡੇ ਨਾਲ, ਉਹਨਾਂ ਕੋਲ ਹੈਗਾ 14.10, ਤਾਂ ਪਹਿਲੀ ਉਹਨਾਂ ਕੋਲ ਸਾਡੇ ਨਾਲੋਂ ਜ਼ਿਆਦਾ ਪਾਣੀ ਹੈ। ਇਸ ਤੋਂ ਇਲਾਵਾ ਹਰਿਆਣਾ 'ਚ ਘੱਗਰ, ਟਾਂਗਰੀ ਨਦੀ, ਮਾਰਕੰਡਾ ਨਦੀ, ਸਰਸਵਤੀ ਨਦੀ, ਚੋਟਾਂਗ, ਰਕਸ਼ੀ, ਨਈ ਨਾਲਾ, ਸਾਹਿਬੀ ਨਦੀ, ਕ੍ਰਿਸ਼ਨਾ ਦਾਊਨ, ਲੰਡੋਹਾ, ਉਹਨਾਂ ਦਾ ਵੀ 2.70 ਮਿਲੀਅਨ ਏਕੜ ਫੀਟ ਪਾਣੀ ਉਹਨਾਂ ਕੋਲ ਹੈਗਾ, ਜਿਹਨੂੰ ਕਿਸੇ ਖਾਤੇ 'ਚ ਨਹੀਂ ਪਾਇਆ ਜਾਂਦਾ। ਅੱਜ ਅਸੀਂ ਹਰਿਆਣੇ ਨੂੰ ਇਹ ਪੱਖ ਰੱਖਿਆ, ਹਰਿਆਣਾ ਕਹਿੰਦਾ ਵੀ SYL ਦਾ ਨਿਰਮਾਣ ਸ਼ੁਰੂ ਕਰੋ। ਅਸੀਂ ਕਿਹਾ ਜੀ, ਜਦੋਂ ਸਾਡੇ ਕੋਲ ਪਾਣੀ ਹੈ ਨਹੀਂ, ਨਹਿਰ ਕਾਹਦੇ ਵਾਸਤੇ ਬਣਾਉਣੀ ਹੈ? ਸਾਡੇ ਪਾਣੀ ਦਾ ਰਿਵਿਊ ਕਰ ਲਓ, ਅੱਜ ਕਿੰਨਾ ਰਹਿ ਗਿਆ ਸਾਡੇ ਕੋਲ। 1981 ਵੇਲੇ ਦੀ ਗੱਲ ਹੋਰ ਹੈ, ਮੇਰੇ ਬਹੁਤ ਸੀਨੀਅਰ ਪੱਤਰਕਾਰ ਖੜੇ ਨੇ, 1981 ਵੇਲੇ 5-7 ਫੁੱਟ 'ਤੇ ਬੋਰ ਲੱਗ ਜਾਂਦਾ ਸੀ, ਪਾਣੀ ਆ ਜਾਂਦਾ ਸੀ, ਹੁਣ 600 ਫੁੱਟ 'ਤੇ ਚਲੇ ਗਿਆ, ਥੱਲੇ ਧਰਤੀ ਵਾਲਾ ਪਾਣੀ ਵੀ ਖਤਮ ਕਰ ਲਿਆ। ਅਸੀਂ ਇਹ ਕਿਹਾ ਕਿ ਹਰਿਆਣੇ ਨੂੰ ਜੇ ਪਾਣੀ ਦੀ ਘਾਟ ਹੈ, ਹਰਿਆਣੇ ਦੇ ਲੋਕਾਂ ਨੂੰ ਪਾਣੀ ਚਾਹੀਦਾ ਸਿੰਚਾਈ ਵਾਸਤੇ ਜਾਂ ਜਿਹੜੇ ਮਰਜ਼ੀ ਇਸਤੇਮਾਲ ਵਾਸਤੇ, ਤਾਂ ਪੰਜਾਬ ਅਤੇ ਹਰਿਆਣਾ ਦੋਨੇ ਸਟੇਟਾਂ ਪ੍ਰਧਾਨ ਮੰਤਰੀ ਜੀ ਕੋਲ ਚੱਲਦੇ ਹਾਂ, ਨਰਿੰਦਰ ਮੋਦੀ ਜੀ ਕੋਲ, ਉਹਨਾਂ ਨੂੰ ਦੱਸ ਦਿੰਦੇ ਹਾਂ
ਉੱਥੇ ਨਰਿੰਦਰ ਮੋਦੀ ਜੀ ਹਰਿਆਣੇ ਵਾਸਤੇ ਕੋਈ ਯਮੁਨਾ ਚੋਂ ਜਾਂ ਗੰਗਾ ਚੋਂ ਉੱਧਰੋਂ ਪ੍ਰਬੰਧ ਕਰਦੇ ਹਨ, ਸਾਡੇ ਕੋਲ ਪਾਣੀ ਹੈ ਨਹੀਂ। ਅਸੀਂ ਕੋਈ ਦੁਸ਼ਮਣੀ ਨਹੀਂ ਸਾਡੀ, ਪਰ ਜਦੋਂ ਜਿਹੜੀ ਚੀਜ਼ ਸਾਡੇ ਕੋਲ ਹੈ ਹੀ ਨਹੀਂ ਉਹ ਕਿੱਥੋਂ ਦੇ ਦਈਏ। ਅਤੇ ਨਾਲ ਪ੍ਰਧਾਨ ਮੰਤਰੀ ਜੀ, ਕਿਉਂਕਿ ਸਾਰਾ ਮੁਲਕ ਦੇਖਦੇ ਨੇ, ਸਰਕਾਰ ਹਰਿਆਣੇ ਦੇ ਵਿੱਚ ਵੀ ਉਹਨਾਂ ਦੀ ਪਾਰਟੀ ਦੀ ਹੈ, ਅਸੀਂ ਦੋਨੇ ਰਾਜ ਪ੍ਰਧਾਨ ਮੰਤਰੀ ਜੀ ਕੋਲ ਜਾਈਏ ਅਤੇ ਉਹਨਾਂ ਨੂੰ ਕਹੀਏ ਜੀ ਹਰਿਆਣੇ ਨੂੰ ਪਾਣੀ ਕਿਧਰੇ ਹੋਰ ਪਾਸਿਓਂ ਦੇ ਦਿਓ। ਜੇ ਯਮੁਨਾ ਦਾ ਪਾਣੀ ਜਿਹੜਾ ਉਹ ਸ਼ਾਰਦਾ ਨਦੀ ਰਾਹੀਂ ਜਾਂਦਾ ਤਾਂ ਉਹਦੇ 'ਚੋਂ ਦੇ ਦਿਓ, ਪਰ ਸਤਲੁਜ ਅਤੇ ਬਿਆਸ ਹੁਣ ਦਰਿਆ ਵੀ ਨਹੀਂ ਕਹਿ ਸਕਦੇ, ਵੀ ਨਦੀਆਂ ਬਣ ਗਈਆਂ। ਪਹਿਲਾਂ ਪੰਜਾਬ ਦਾ ਨਾਮ ਇਸ ਤੋਂ ਪਹਿਲਾਂ ਪੰਚਨਾਦ ਹੁੰਦਾ ਸੀ, ਪੰਜ ਨਦੀਆਂ, ਫਿਰ ਪੰਜਾਬ ਬਣ ਗਿਆ ਦਰਿਆ, ਅੱਜ ਫਿਰ ਸਾਡੀਆਂ ਜਿਹੜੇ ਦਰਿਆ ਨੇ ਉਹ ਨਦੀਆਂ ਬਣ ਗਏ। ਸਾਡੇ ਕੋਲ ਜਿਸ ਵੇਲੇ ਸਮਝੌਤਾ ਹੋਇਆ ਸੀ ਉਸ ਵੇਲੇ, ਇਹ ਤੁਹਾਡੇ ਕੋਲ ਡਾਟਾ ਜੀ ਸਰ, ਕਿੰਨਾ ਪਾਣੀ ਸੀ ਅਤੇ ਅੱਜ ਕਿੰਨਾ? 18.31 ਜਿਸ ਵੇਲੇ ਇਹ ਸਰ 18.36 ਸੀਗਾ ਸਰ, 12.63 ਰਹਿ ਗਿਆ ਜੀ। 18.36 ਸੀਗਾ ਜਿਸ ਵੇਲੇ ਇਹ ਐਗਰੀਮੈਂਟ 81 ਚ ਹੋਇਆ, 18.56 ਐਮ ਏ ਐਫ ਸੀਗਾ। ਹੁਣ ਸਾਡੇ ਕੋਲ ਜਿਹੜਾ ਲੇਟੈਸਟ ਹੈ 12.636 ਹੈ। ਹੁਣ ਉਸ ਵੇਲੇ ਦੇ ਐਗਰੀਮੈਂਟ ਨੂੰ ਅਸੀਂ ਹੁਣ ਕਿਵੇਂ ਲਾਗੂ ਕਰ ਸਕਦੇ? ਅਸੀਂ ਹਰਿਆਣੇ ਨੂੰ ਫਿਰ ਕਹਿੰਦੇ ਹਾਂ ਕਿ ਛੋਟੇ ਭਾਈ ਦੇ ਤੌਰ 'ਤੇ ਟ੍ਰੀਟ ਕਰਦੇ ਹਾਂ, ਪਰ ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ ਅਸੀਂ ਕਿਵੇਂ ਬਣਾ ਦਈਏ? ਉਹ ਕਹਿੰਦੇ ਜੀ ਪਾਣੀ ਬਾਅਦ ਦੇਖ ਲਾਂਗੇ, ਪਹਿਲਾਂ ਨਹਿਰ ਬਣਾਓ। ਨਹਿਰ ਕਾਹਦੇ ਵਾਸਤੇ ਬਣਦੀ ਹੈ? ਪਾਣੀ ਵਾਸਤੇ। ਪਾਣੀ ਹੈ ਨਹੀਂ, ਅਸੀਂ ਕਿਹਾ ਜੀ ਪਾਣੀ ਦਾ ਤਾਂ ਪਹਿਲਾਂ ਰਿਵਿਊ ਕਰਾ ਲਓ ਕਿ ਹੁਣ ਸਾਡੇ ਕੋਲ ਕਿੰਨਾ ਹੈ। ਸਾਡਾ ਕਨਾਲ ਸਿਸਟਮ ਪਾਰਟੀਸ਼ਨ ਤੋਂ ਪਹਿਲਾਂ ਦਾ 1400 ਕਿਲੋਮੀਟਰ ਸਾਡੀਆਂ ਨਦੀਆਂ ਬੰਦ ਹੋ ਗਈਆਂ, 1400 ਕਿਲੋਮੀਟਰ ਨਹਿਰਾਂ ਨਦੀਆਂ ਬੰਦ ਹੋ ਗਈਆਂ ਸਾਡੀਆਂ। BBMB ਦਾ ਮੁੱਦਾ ਅਸੀਂ ਚੱਕਿਆ ਕਿ ਤੁਹਾਡੇ ਅਫਸਰ, ਤੁਹਾਡੇ ਅਤੇ ਸਾਡੇ ਦੋਨਾਂ ਦਾ ਹਿੱਸਾ ਬਰਾਬਰ ਹੋਣਾ ਚਾਹੀਦਾ, ਤੁਸੀਂ ਸੈਂਟਰ ਨੂੰ ਕਿਉਂ ਦੇਈ ਜਾਂਦੇ? ਆਪਾਂ ਇਸ ਗੱਲ 'ਤੇ ਉਹਨਾਂ ਨੇ ਸਹਿਮਤੀ ਕੀਤੀ ਹੈ ਕਿ ਹਾਂ, ਹਾਂਜੀ ਉਹਨਾਂ ਨੇ ਕਿਹਾ ਕਿ BBMB ਦੇ ਵਿੱਚ ਮੈਂਬਰ, ਉਹਨਾਂ ਦਾ ਮੈਂਬਰ ਇਰੀਗੇਸ਼ਨ ਹੁੰਦੇ, ਸਾਡੇ ਪਾਵਰ ਹੁੰਦੇ, ਸਾਡਾ ਪਾਵਰ ਦਾ ਮੈਂਬਰ ਹੁੰਦਾ ਬਿਜਲੀ ਬੋਰਡ ਵੱਲੋਂ, ਉਹਨਾਂ ਦਾ ਇਰੀਗੇਸ਼ਨ ਦਾ ਹੁੰਦਾ ਹੈ ਜੀ। BBMB ਵਾਲਾ ਕਲੀਅਰ ਇਹ ਹੈ ਕਿ ਅਸੀਂ ਕਿਹਾ ਵੀ ਸਾਡਾ ਬਿਜਲੀ ਦਾ ਉੱਥੇ ਮੈਂਬਰ ਹੁੰਦਾ ਬਿਜਲੀ ਬੋਰਡ ਦਾ, ਇਹਨਾਂ ਦਾ ਇਰੀਗੇਸ਼ਨ ਦਾ ਹੁੰਦਾ, ਤੁਸੀਂ ਕਿਉਂ ਨਹੀਂ ਆਪਾਂ ਉੱਥੇ ਆਪਣਾ ਹਿੱਸਾ ਜਿਹੜਾ ਰੱਖਦੇ? ਆਪਾਂ ਕਿਉਂ ਦੇਈ ਜਾਂਦੇ ਹਾਂ ਕਿ ਤੁਸੀਂ ਆ ਜਾਓ ਜਾਂ ਤੁਸੀਂ ਸਾਡੇ ਡੈਮ 'ਤੇ ਕੋਈ ਕੰਟਰੋਲ ਕਰੋ? ਸੋ ਇਹ ਮੁੱਦਾ ਵੀ ਉੱਠਿਆ। ਫਿਰ ਲਸਾੜਾ ਨਾਲਾ ਹੈ ਜਿਹੜਾ ਕਿ ਮਲੇਰਕੋਟਲੇ ਵਿੱਚ ਦੀ ਜਾਂਦਾ ਹੋਇਆ ਪਥਰਾਲੇ ਜਾ ਕੇ, ਸਰਸੇ ਦੇ ਨੇੜੇ ਜਾ ਕੇ, ਇਹਨਾਂ ਦੇ ਡੱਬ ਵਾਲੀ ਦੇ ਨੇੜੇ ਜਾ ਕੇ ਟੱਚ ਕਰਦਾ, ਉੱਥੋਂ ਇਹਨਾਂ ਨੇ ਬੰਦੀ ਕਰ ਰੱਖਿਆ ਅੱਗਿਓਂ, ਉਹ ਸਾਰਾ ਓਵਰਫਲੋ ਹੁੰਦਾ ਜੀ। ਇਸ ਤਰੀ ਘੱਗਰ ਦਾ, ਘੱਗਰ ਇੱਕ ਡੈਮ ਬਣਾ ਲਿਆ ਕਛਲਿਆ, ਹੁਣ ਕਹਿੰਦੇ ਦੋ ਹੋਰ ਬਣਾਉਣੇ ਆ। ਅਸੀਂ ਕਿਹਾ ਕਿਵੇਂ ਬਣਾ ਲਓਗੇ? ਸਾਡੇ ਵਾਸਤੇ ਘੱਗਰ ਜਿਹੜਾ ਹੈ ਉਹ ਕੋਈ ਹੜ੍ਹਾਂ ਦਾ ਜ਼ਰੀਆ ਥੋੜ੍ਹੀ ਹੈ, ਘੱਗਰ ਦੇ ਆਲੇ ਦੁਆਲੇ ਖੇਤੀ ਵੀ ਹੁੰਦੀ ਹੈ। ਅਸੀਂ ਬਨੂੜ ਤੋਂ ਆਪਣੀ ਜਿਹੜੀ ਨਹਿਰ ਕੱਢੀ ਹੈ ਉਹ ਘੱਗਰ ਦਾ ਪਾਣੀ ਜਾਊਗਾ। ਸੋ ਜਿਹੜੀਆਂ ਗੱਲਾਂ 'ਤੇ ਤਾਂ ਅਸੀਂ ਲੜਦੇ ਹਾਂ, ਉਹ ਕਹਿੰਦੇ ਸਾਡੇ ਲਈ ਤਾਂ ਇਹ ਕਰ ਦਿਉ, ਤੁਹਾਡੇ ਲਈ ਨਹੀਂ। ਅਤੇ ਬਾਕੀ ਉਹਨਾਂ ਨੇ ਹਾਂਸੀ ਪਟਾਣਾ ਦੀ ਗੱਲ ਕੀਤੀ, ਉਹ ਸੁਪਰੀਮ ਕੋਰਟ 'ਚ ਹੈ ਕੇਸ, ਉਹ ਸਟੇਅ ਮਿਲੀ ਹੋਈ ਹੈ ਪੰਜਾਬ ਨੂੰ, ਜਿਹੜੀ ਸਮਾਣੇ ਦੇ ਨੇੜੇ ਇਹਨਾਂ ਨੇ ਕੱਢੀ ਹੈ। ਸੋ ਅਸੀਂ ਉੱਥੇ ਸਹਿਮਤੀ ਨਹੀਂ ਦਿੱਤੀ ਕਿ ਅਸੀਂ ਹਾਂਸੀ ਪਟਾਣਾ ਨੂੰ ਅਲਾਓ ਕਰ ਦਈਏ ਕਿ ਉਹ ਪਾਣੀ ਲੈ ਲੈਣ ਸਾਡਾ ਉੱਥੋਂ।
हालांकि जाता अगर भाखड़ा राही अगे पर साडे पिंडों तो बाद पेंदे ने हांसी बटाणा तो साडा दा है जिहड़ा हैडवर्क सी फेल हो जूगा उतों जिहड़े जिहड़े पातलां दे शतराणा दे पटियाले जिले के पिंड पेंदे ने अगे जिहड़े टोहाने तक जांदा है खनौरी दे। सो अज इस मुद्दे ते पंजाब ने क्लीयर कट के असी नदी नहर नहीं बना सकते, डी नोटिफिकेशन हो गई उहदी जमीन दी, लोगों नू जमीन भी बहुत सारा नू मिल गई, उत्थे खेती कर रहे ने, वैसे जंगल बन गया। सो साडे कोले पानी है नहीं, नहर बनाउण दा फिर सवाल नहीं पैदा होंदा। हाँ इन्ना कर सकते हैं कि प्रधानमंत्री जी कोले चलीए दोने राज कि प्रधानमंत्री जी हरियाणे नू पानी दा प्रबंध करके दिओ, जिहड़ा गंगा जां यमुना दा जिहड़ा पानी है वह बिहार नू उधर बंगाल नू डोब भी दिंदा, बंगलादेश तक जांदा, वो चो इधर नू मोड़ लो ते हरियाणा जिहड़ा उहनू भी पानी मिल जूगा। तो साडा जिहड़ा असी तां बहुत मुश्किल नाल कम सार रहे हां अपना, तो कोशिश असी कर रहे हां, असी राजस्थान नू भी पूरा पानी दे रहे हां। सो सानूं तां चारे पास्यों मतलब सानूं पानी पानी ज अच्छा जदों कोई डैम तो पानी थोड़ा वध जांदा है दंगल वगैरह वो डैम तो पानी छड़ते हैं जब बद बरसात हो जाए तो दोनों स्टेटा कहें धन्यवाद जी साढ़े को तो बहुत पानी इधर ना छड़ो, मतलब डुबण लिए असी रखे हुए हैं। सुख वेले मतलब सातों पानी मंगते हैं, दुख वेले कहते नहीं जी साढ़े को है बहुत है। सो इस करके 1981 के 1955 के ये समझौते ने, बल्कि यह 1921 का कलॉज ने, 100 साल पहला देने 100 साल पहला 1921 तो 1960 का फ्लो जोड़ा सी वह भी गिणिया गया। सो इस करके अज पंजाब वालों मैं पंजाब के 3.25 करोड़ लोगों और जिन्हें भी पंजाबी दुनिया वसते हैं तुहाडे जरिए दसना चाहना, ये मेरा फर्ज है पंजाब का पक्ष जोड़ा एक तत्थां ते आधारित होमवर्क करके टिप्स ते याद है ते किताबां पढ़ के पुराना रिकॉर्ड चक के एक्सपर्टां नाल गल करके असी उत्थे पक्क रखे है। ते अगे हुण जो भी फैसला जिहड़ा वाटर कमीशन है उहनूं असी भी रिपोर्ट आपां दे देनी है। देखो असी ये कहा कि ऑनरेबल सुप्रीम कोर्ट ने 2017 च ਇਹ ਕਿਹਾ ਸੀ ਜੇ ਕੋਈ ਐਮੀਕੇਬਲ ਸੈਟਲਮੈਂਟ ਹੋ ਸਕਦੀ ਹੈ ਦੋਨਾਂ ਪਾਰਟੀਜ਼ 'ਤੇ ਦੈਟ ਸ਼ੁੱਡ ਆਲਸੋ ਬੀ ਕੰਸੀਡਰਡ। ਇਸ ਕਰਕੇ ਦੋਨੋਂ ਪਾਰਟੀਜ਼ ਬੈਠੀਆਂ ਸੀ ਡਿਸਕਸ ਕਰਨ ਲਈ, ਉਹ ਇੱਦਾਂ ਹੈ 9.1, 9.2, 9.3 ਕਲੋਜ਼ ਹੈ, ਉਹ 9.3 ਕਲੋਜ਼ ਜਿਹੜੀ ਹੈ ਉਹ SYL ਦੀ ਕੰਸਟਰਕਸ਼ਨ ਦੀ ਹੈ, 9.1 ਕਲੋਜ਼ ਹੈ ਐਗਜ਼ਿਸਟਿੰਗ ਵਾਟਰ ਲੈਵਲ ਦੀ ਹੈ। ਤਾਂ ਅਸੀਂ ਉਹਨਾਂ ਨੂੰ ਕਿਹਾ ਜੀ ਪਹਿਲਾਂ 9.1 ਕਲੋਜ਼ ਹੈ ਜਿਹੜੀ ਉਹਨੂੰ ਤਾਂ ਕੰਪਲਾਈ ਕਰ ਲਈਏ, 9.3 'ਤੇ ਫਿਰ ਆਵਾਂਗੇ SYL 'ਤੇ। ਅਤੇ ਐਗਜ਼ਿਸਟਿੰਗ ਵਾਟਰ ਦੀ ਹਾਲੇ ਡਿਸਪਿਊਟ ਚੱਲਦਾ ਵੀ ਕਿੰਨਾ ਵਾਟਰ ਹੈ, ਇੰਨੇ ਸਾਲਾਂ 'ਚ ਵਾਟਰ ਡਿਪਲੀਟ ਕਰ ਚੁੱਕਾ ਹੈ, ਵਾਟਰ ਇੰਨਾ ਘੱਟ ਚੁੱਕਾ ਹੈ ਕਿ ਹਿੱਸਾ ਪਾਣੀ ਦਾ ਉਹਨਾਂ ਦਾ ਬਣਦਾ ਨਹੀਂ ਹੈ। ਉਹਦੇ ਮੁਤਾਬਕ 9.3 ਕਲੋਜ਼ 'ਤੇ ਫਿਰ ਆਵਾਂਗੇ, ਲੈਟ ਦੀ ਟ੍ਰਿਬਿਊਨਲ ਡਿਸਾਈਡ, ਜਾਂ ਆਪਾਂ ਆਪਸ ਡਿਸਾਈਡ ਕਰ ਲਈਏ ਸਾਡੇ ਕੋਲ ਪਾਣੀ ਹੋਏਗਾ ਤਾਂ 9.3 'ਤੇ SYL 'ਤੇ ਆਵਾਂਗੇ, ਸਾਡੇ ਕੋਲ ਪਾਣੀ ਹੈ ਨਹੀਂ ਤਾਂ SYL 'ਤੇ ਕਿੱਦਾਂ ਆਵਾਂਗੇ। ਸੋ ਲੀਗਲ ਪ੍ਰੋਪੋਜੀਸ਼ਨ ਜਿਹੜੀ ਅਸੀਂ ਉਹਨਾਂ ਨੂੰ ਪੁੱਟ ਕੀਤੀ ਸੀ ਇਹ ਵੀ 9.3 ਕਲੋਜ਼ 'ਤੇ ਤਾਂ ਹੀ ਆਉਣਾ ਜੇ ਵਾਟਰ ਦਾ ਡਿਸਪਿਊਟ ਸਾਡਾ ਇਸ ਗੱਲ ਦਾ ਹੋ ਜਾਵੇ ਵੀ ਸਾਡੇ ਕੋਲ ਪਾਣੀ ਕਿੰਨਾ ਐਗਜ਼ਿਸਟਿੰਗ, ਜੇ ਸਾਡੇ ਕੋਲ ਐਗਜ਼ਿਸਟਿੰਗ ਆਪਾਂ ਜੇ ਗਿਣਤੀ ਵੀ ਕਰਦੇ ਹਾਂ, ਆਪਾਂ 3 ਪਹਿਲਾਂ ਗਿਣਦੇ ਹਾਂ ਜਾਂ 1 ਪਹਿਲਾਂ ਗਿਣਦੇ ਹਾਂ, ਤਾਂ 9.1 ਪਹਿਲਾਂ ਗਿਣਿਆ ਜਾਊਗਾ ਨਾ, ਫਿਰ ਹੀ 2 'ਤੇ ਜਾਵਾਂਗੇ, ਫਿਰ 3 'ਤੇ ਜਾਵਾਂਗੇ। ਮੈਨੂੰ ਟਿਪਸ ਤੇ ਯਾਦ ਹੈ ਜਦੋਂ ਮਰਜ਼ੀ ਪੁੱਛ ਲਿਓ। ਹਾਂ ਉਦੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਰਹੀਆਂ, 3 ਵਾਰੀ ਮੌਕਾ ਆਇਆ ਸੀਗਾ SYL ਨੂੰ ਹੱਲ ਕਰਨ ਦਾ, ਦੋ ਵਾਰੀ ਜਦੋਂ ਦੋਨੇ ਥਾਵੇਂ 3 ਪਾਰਟੀਆਂ ਦੀ ਇੱਕੋ ਪਾਰਟੀ ਦੀ ਸਰਕਾਰ ਸੀ, ਇੱਕ ਵਾਰੀ ਜਦੋਂ ਇੱਥੇ ਅਕਾਲੀ ਦਲ ਅਤੇ ਭਾਜਪਾ ਅਤੇ ਭਾਜਪਾ ਇੱਥੇ ਹਰਿਆਣੇ 'ਚ ਅਤੇ ਮੋਦੀ ਸਾਹਿਬ ਦੀ ਸਰਕਾਰ ਉੱਥੇ, ਤਾਂ 3 ਪਾਰਟੀਆਂ ਦੀ ਸਰਕਾਰ ਸੀ, ਉਦੋਂ ਬਹਿ ਜਾਂਦੇ ਨਹੀਂ ਬੈਠੇ। ਇੱਕ ਵਾਰੀ ਇੱਥੇ ਕੈਪਟਨ ਅਮਰਿੰਦਰ ਸਿੰਘ
ਉੱਥੇ ਹਰਿਆਣੇ 'ਚ ਕਾਂਗਰਸ ਦੀ ਸਰਕਾਰ ਅਤੇ ਤਾਂ ਮਨਮੋਹਨ ਸਿੰਘ ਦੀ ਸਰਕਾਰ, ਉਦੋਂ ਤਿੰਨੇ ਬੈਠ ਸਕਦੇ ਸੀ, ਨਹੀਂ ਬੈਠੇ, ਕਿਉਂਕਿ ਇਸ ਮੁੱਦੇ ਨੂੰ ਇਹਨਾਂ ਨੇ ਵੋਟਾਂ ਵਾਸਤੇ ਰੱਖਿਆ ਹੋਇਆ। ਵੋਟਾਂ ਵੇਲੇ ਜਿਹੜੇ ਨੇ ਉਹ ਕੋਡ ਲੱਗਣ ਤੋਂ ਬਾਅਦ ਬੋਰਡ ਲਾ ਦਿੰਦੇ ਨੇ, ਪੰਜਾਬੀ ਉਹ ਕੁਰਬਾਨੀਆਂ ਲਈ ਤਿਆਰ ਰਹੋ। ਕਾਹਦੇ ਲਈ ਤਿਆਰ ਰਹੀਏ? ਸਾਡੇ ਕੋਲ ਪੰਜਾਬ ਕੋਲ ਪਾਣੀ ਹੈ ਹੀ ਨਹੀਂ ਜਦੋਂ, ਅਤੇ ਹੁਣ ਤਾਂ ਅਸੀਂ ਜਦੋਂ ਅਸੀਂ 73% ਤਾਂ ਆਪਦੀ ਧਰਤੀ 'ਚੋਂ ਵਰਤ ਰਹੇ ਹਾਂ, ਅਤੇ 28% ਜਿਹੜਾ ਵਰਤ ਵੀ ਰਿਹਾ ਉਹ ਵੀ ਕਨਾਲ ਜਿਹੜੀਆਂ ਨੇ, ਨਹਿਰਾਂ ਜਿਹੜੀਆਂ ਟੁੱਟੀਆਂ ਪਈਆਂ ਨੇ, ਕੋਈ ਨਹਿਰ ਜਿਹੜੀ ਹੈ ਉਹਦੇ 'ਚ। ਤੁਸੀਂ ਇਹ ਬਿਲੀਵ ਕਰੋ ਕਿ ਮੋਗੇ ਤੋਂ ਮੈਨੂੰ ਲੋਕ ਮਿਲੇ, ਉਹ ਕਹਿੰਦੇ ਅਸੀਂ ਟੇਲ 'ਤੇ ਹਾਂ। ਮੋਗਾ ਟੇਲ 'ਤੇ ਆ ਗਿਆ, ਅੱਧਾ ਪੰਜਾਬ ਦਾ ਅੱਧਾ ਉਹ। ਜੇ ਮੋਗਾ ਟੇਲ 'ਤੇ ਫਿਰ ਸਰੀਰ ਕਿੱਥੇ ਹੈ ਸਾਡਾ? ਹਾਂ, ਮੈਂ ਬੋਹਰ ਨੂੰ ਟੇਲ ਮੰਨ ਲੂੰਗਾ, ਫਾਜ਼ਿਲਕਾ ਨੂੰ, ਮਮਦੋਟ ਨੂੰ, ਮੈਂ ਫਿਰੋਜ਼ਪੁਰ ਨੂੰ ਟੇਲ ਮੰਨ ਲੈਂਦਾ ਵੀ ਉਹ ਟੇਲ ਹੈ, ਨਾਲ ਨਾਲ ਚਲੋ ਬਾਰਡਰ ਆ ਗਏ। ਮੋਗਾ ਤਾਂ ਮਤਲਬ ਲੁਧਿਆਣੇ ਤੋਂ 60 ਕਿਲੋਮੀਟਰ ਹੈ। ਇਹ ਟੇਲ ਦਾ ਮਤਲਬ ਇਹ ਹੋ ਗਿਆ, ਇੱਥੋਂ ਇਹ ਸਿੱਧ ਹੁੰਦਾ ਕਿ ਸਾਡੇ ਕੋਲ ਮੋਗੇ ਤੱਕ ਵੀ ਪਾਣੀ ਪਹੁੰਚਾਉਣ ਨੂੰ ਹੈ ਨਹੀਂ ਨਹਿਰਾਂ 'ਚ, ਅਸੀਂ ਹੋਰ ਕਿੱਥੇ ਇੱਧਰ ਉੱਧਰ ਕਿੱਥੇ ਕਰ ਲਾਂਗੇ? ਪਾਣੀ ਪਹਿਲਾਂ ਪਾਣੀ ਨਾਪ ਲਓ, ਗੁੰਜਾਇਸ਼ਾਂ ਤਾਂ ਫਿਰ ਪੈਦਾ ਹੋਣਗੀਆਂ। ਪਾਣੀ ਨਾਪ ਲਓ, ਕੋਈ ਗੁੰਜਾਇਸ਼ ਹੈ? ਹੋ ਸਕਦਾ ਉਸ ਪਾਣੀ ਨਾਪੇ ਹੋਏ ਪਾਣੀ 'ਚ ਪੰਜਾਬ ਨੂੰ ਪਾਣੀ ਇੱਧਰੋਂ ਉੱਧਰੋਂ ਹਿਮਾਚਲ ਤੋਂ ਹੋਰ ਲੈਣਾ ਪਵੇ? ਗੁੰਜਾਇਸ਼ ਤਾਂ ਸਾਡੇ ਕੋਲ ਆਪਣੀ ਚੋਗੀ ਨਹੀਂ ਹੈਗੀ ਜੀ, ਅਸੀਂ ਹੋਰ ਗੁੰਜਾਇਸ਼ਾਂ ਬਾਰੇ ਕਿਵੇਂ ਸੋਚ ਸਕਦੇ? ਆਲਰੇਡੀ ਜਿੰਨੀਆਂ ਭਾਖੜਾ ਦਾ ਪਾਣੀ ਜਾਂਦਾ ਉਹਨੂੰ ਇਹ ਜਗ੍ਹਾ ਜਗ੍ਹਾ 'ਤੇ BBMB ਉਹਨਾਂ ਨੇ ਲਾਏ ਹੋਏ ਨੇ ਮੀਟਰ ਕਿ ਕਿੱਥੋਂ ਘਟੇ ਨਾ, ਠੀਕ ਹੈ ਨਾ। ਸੋ ਇਹਨਾਂ ਨੂੰ ਉਹ ਪਾਣੀ ਤਾਂ ਬਿਲਕੁਲ ਅਸੀਂ ਇੰਚ ਟੂ ਇੰਚ ਦੇ ਰਹੇ ਹਾਂ, ਪਰ ਸਾਡਾ ਜਿੱਥਾ ਸਾਡਾ ਜਮਨਾ 'ਚ ਹਿੱਸਾ ਬਣਦਾ ਉਹ ਜ਼ੀਰੋ ਹੈ। ਉਹਦੇ ਕਹਿੰਦੇ ਤੁਸੀਂ ਰਿਪੇਰੀਅਨ ਨਹੀਂ ਹੈਗੇ, ਪਹਿਲਾਂ ਰਿਪੇਰੀਅਨ ਸੀਗੇ। ਸੋ ਜਦੋਂ ਹਰਿਆਣਾ ਰਹਿ ਗਿਆ ਤਾਂ ਹਰਿਆਣਾ ਸਤਲੁਜ ਅਤੇ ਬਿਆਸ ਅਤੇ ਰਾਵੀ ਦੇ ਵਿੱਚ ਵੀ ਕਹਿੰਦੇ ਰਿਪੇਰੀਅਨ ਹੈ, ਕਿੱਥੋਂ ਰਿਪੇਰੀਅਨ ਬਣ ਜੂਗਾ? ਅਸੀਂ ਉਹਨਾਂ ਨੂੰ ਇਹ ਕਹਿਤਾ ਕਿ ਭਾਈ ਜਿੰਨਾ ਪਹਿਲਾਂ ਜਾਈ ਜਾਂਦਾ ਹੈ ਉਹ ਤੁਸੀਂ ਭਾਖੜਾ ਰਾਹੀਂ ਵੀ ਲੈਂਦੇ ਹੋ, ਉੱਧਰ ਰਾਜਸਥਾਨ ਨੂੰ ਅਸੀਂ ਰਾਜਸਥਾਨ ਫੀਡਰ ਰਾਹੀਂ ਦੇ ਰਹੇ ਹਾਂ, ਜਦਕਿ ਰਾਜਸਥਾਨ ਫੀਡਰ ਜਿਹੜੀ ਹੈ ਰਾਜਸਥਾਨ ਫੀਡਰ ਦੇ ਨਾਲ ਇੱਕ ਸਰਹੰਦ ਫੀਡਰ ਹੈ, ਅਸੀਂ ਆਪਦੀ ਸਿੰਚਾਈ ਉਹਦੇ ਨਾਲ ਕਰਦੇ ਹਾਂ, ਜਦਕਿ ਉਹਨੂੰ ਉਹਦੇ ਮੁਕਾਬਲੇ ਉਹ ਕਦੇ ਤੁਸੀਂ ਲੰਘੇ ਹੋਵੋਗੇ ਉੱਧਰ ਰਿਪੋਰਟਿੰਗ ਕਰਦੇ, ਉਹਦੇ ਮੁਕਾਬਲੇ ਉਹ ਇੱਕ ਛੋਟਾ ਜਿਹਾ ਨਾਲਾ ਲੱਗਦਾ, ਜਿੱਡੀ ਵੱਡੀ ਨਹਿਰ ਜਾਂਦੀਆਂ ਦੋ, ਤਾਂ ਅਸੀਂ ਉਹਦੇ ਨਾਲ ਸਾਰ ਰਹੇ ਹਾਂ। ਸੋ ਇਸ ਕਰਕੇ ਪਾਣੀ ਜਿਹੜਾ ਪੰਜਾਬ ਲਈ ਇਸ ਵਕਤ ਬਹੁਤ ਵੱਡੀ ਸਮੱਸਿਆ ਹੈ। ਸਾਡਾ ਸਿਰਫ ਨਾਮ ਹੀ ਪੰਜ ਆਪ ਰਹਿ ਗਿਆ, ਸਾਡੇ ਕੋਲ ਧਰਤੀ ਵਾਲਾ ਪਾਣੀ, ਸਾਡੇ ਕੋਲ ਨਹਿਰਾਂ ਨਦੀਆਂ ਕੱਸੀਆਂ ਸਾਡੀਆਂ ਖਤਮ ਹੋ ਗਈਆਂ, ਕਨਾਲ ਸਿਸਟਮ ਸਾਨੂੰ ਦੁਬਾਰਾ ਰਿਵਿਊ ਕਰਨਾ ਪਊਗਾ, ਉਹਦੇ ਵਾਸਤੇ ਜਲ ਸ਼ਕਤੀ ਮੰਤਰੀ ਕੋਲ ਅਸੀਂ ਜਾਵਾਂਗੇ, ਮਾਮਲਾ ਰੱਖਿਆ ਵੀ ਹੋਇਆ ਪਹਿਲਾਂ ਵੀ, ਅਤੇ ਪੰਜਾਬ ਕੋਲ ਪਾਣੀ ਹੈ ਨਹੀਂ, ਇਸ ਕਰਕੇ SYL ਨਹਿਰ ਦੇ ਉਸਾਰੀ ਦਾ ਜਾਂ ਨਿਰਮਾਣ ਦਾ ਸੋਚਿਆ ਵੀ ਨਹੀਂ ਜਾ ਸਕਦਾ।